ਤੁਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰੋ, ਠੰਡ ਬਹੁਤ ਹੈ, ਕਿਸਾਨ ਆਪਦੇ ਘਰੇ ਆ ਜਾਣ। ਜਿੱਥੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਤਵਾਰ ਸਵੇਰੇ 11 ਵਜੇ ਕੀਤੀ ਗਈ ਮਨ ਕੀ ਬਾਤ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਮੁਕਤਸਰ ਵਿੱਚ ਵੀ ਕੁਝ ਬੱਚੀਆਂ ਵੱਲੋਂ ਥਾਲੀਆਂ ਖੜਕਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦਾ ਵਿਰੋਧ ਕੀਤਾ ਗਿਆ ਹੈ। ਛੋਟੀਆਂ ਬੱਚੀਆਂ ਨੇ ਕੇਂਦਰ ਸਰਕਾਰ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਵਾਉਣ ਲਈ ਥਾਲੀਆਂ ਵਜਾ ਕੇ ਮਨ ਕੀ ਬਾਤ ਦਾ ਵਿਰੋਧ ਕੀਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਛੋਟੀ ਬੱਚੀ ਸ਼ੁਭ ਗੁਰਮਨਵੀਰ ਕੌਰ ਬੇਦੀ ਨੇ ਮੋਦੀ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਕੜਕਦੀ ਸਰਦੀ ਵਿੱਚ ਧਰਨੇ 'ਤੇ ਬੈਠੇ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ। ਮੋਦੀ ਜੀ, ਮੇਰਾ ਨਾਮ ਸ਼ੁਭ ਗੁਰਮਨਵੀਰ ਕੌਰ ਹੈ। ਤੁਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰੋ, ਠੰਡ ਬਹੁਤ ਹੈ, ਕਿਸਾਨ ਆਪਦੇ ਘਰੇ ਆ ਜਾਣ। ਪ੍ਰਾਈਮ ਮੋਦੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇਰਾ ਦੀ ਰਿਪੋਰਟ।